ਜ਼ਿਲ੍ਹਾ ਲੇਖਕ ਮੰਚ ਵੱਲੋਂ 7ਵੇਂ ਦੇਸ਼ ਪੱਧਰੀ ਕਰਵਾਏ ਗਏ ਆਲ ਇੰਡੀਆ ਮੁਸ਼ਾਇਰੇ ਵਿੱਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਵੱਲੋਂ ਇਸ ਵਾਰ ਦਾ ਪ੍ਰੋਫੈਸਰ ਮੋਹਨ ਸਿੰਘ ਔਜਲਾ ਅਵਾਰਡ 2017 ਜਗਸੀਰ ਨੂੰ ਕਲਾਕਾਰਾਂ ਦੀ ਮੌਜੂਦਗੀ ਵਿੱਚ ਦਿੱਤਾ ਗਿਆ। ਇਸ ਮੌਕੇ ਸ਼ਾਇਰਾ, ਕਵੀ ਅਤੇ ਗੀਤਕਾਰਾਂ ਨੇ ਆਪਣੇ ਅੰਦਾਜ਼ ਵਿੱਚ ਮਹਿਫਿਲ ਦਾ ਰੰਗ ਬੰਨਿਆ। हम भी उस्ताद थे, सरे महफिल आंखों आंखों में हाल पूछ लिया। हम भी उस्ताद थे, न जाना क्या बात, वाह वाह, उन्हें मनाने में यही कदम उठाना था। वहां वहां भी गए हैं जहां न जाना था। इसीलिए है कि हुआ जो इश्क तो फिर होश यूं ठिकाने लगे। ਸਾਡਾ ਅੱਜ 7ਵਾਂ ਸਮਾਗਮ ਸੀ। ਇਸ ਸਮਾਗਮ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਤੋਂ ਉਰਦੂ, ਹਿੰਦੀ ਅਤੇ ਪੰਜਾਬੀ ਦੇ ਸ਼ਾਇਰ ਆਉਂਦੇ ਹਨ ਔਰ ਉਹ ਇੱਥੇ ਆ ਕੇ ਕਈ ਘੰਟੇ ਅਜਿਹਾ ਰੰਗ ਬੰਨ੍ਹਦੇ ਹਨ ਕਿ ਇੱਥੋਂ ਦੇ ਲੋਕਲ ਲੋਕ ਵੀ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਹਨ। ਅਤੇ ਅਸੀਂ ਇਸ ਕਿਸਮ ਦਾ ਉੱਦਮ ਅਤੇ ਉਪਰਾਲਾ ਅੱਗੇ ਤੋਂ ਵੀ ਕਰਦੇ ਰਹਾਂਗੇ ਔਰ ਇੱਕ ਸਮਾਂ ਅਜਿਹਾ ਆਏਗਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਬਾਹਰਲੇ ਦੇਸ਼ਾਂ ਦੇ ਸ਼ਾਇਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰਾਂਗੇ ਤਾਂ ਕਿ ਇਸ ਪ੍ਰੋਗਰਾਮ ਨੂੰ ਆਲਮੀ ਪੱਧਰ ਤੱਕ ਲਿਜਾਇਆ ਜਾ ਸਕੇ। ਤਾਂ ਮੈਂ ਇਸ ਸਮਾਗਮ 'ਤੇ ਅੱਜ ਸੰਤੁਸ਼ਟੀ ਪ੍ਰਗਟ ਕਰਦਾ ਹਾਂ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੀਡੀਆ ਵਾਲਿਆਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਕਵਰੇਜ ਦਿੱਤੀ ਔਰ ਸਾਡੇ ਦੁਨੀਆ ਭਰ ਵਿੱਚ ਬੈਠੇ ਪੰਜਾਬ ਦੇ ਲੋਕਾਂ ਤੱਕ ਜਿੱਥੇ ਜਿੱਥੇ ਵੀ ਉਹ ਇੰਡੀਆ ਦੇ ਜਾਂ ਵਿਦੇਸ਼ ਦੇ ਕਿਸੇ ਕੋਨੇ ਵਿੱਚ ਬੈਠੇ ਆ ਉਹਨਾਂ ਤੱਕ ਪੁੱਜਦਾ ਹੋ ਜਾਏਗਾ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਸ਼ਿਆਰਪੁਰ ਤੋਂ ਜਾਗਰਤੀ ਲਹਿਰ ਦੇ ਲਈ ਦਲਜੀਤ ਅਜਨੋਹਾ ਦੀ ਰਿਪੋਰਟ।